ਸਰੂਰੀ ਸਾਹਿਬ, ਆਜ਼ਾਦ ਸਾਹਿਬ, ਇਹ ਸੀਟ ਤੁਹਾਡੀ ਝੋਲੀ 'ਚ ਹੈ ਔਰ ਇਹ ਸੀਟ ਅਸੀਂ ਜਿੱਤਣੀ ਹੈ। ਲੋਕ ਪਿਛਲੇ 10 ਵਰ੍ਹੇ ਦੇ ਤ੍ਰਸਤ ਨੇ। ਅਸੀਂ ਆਜ਼ਾਦ ਸਾਹਿਬ ਅੱਗੇ ਆਗ੍ਰਹਿ ਕੀਤਾ, ਦਿੱਲੀ ਗਏ ਕਿ ਇਸ ਪਾਰਟੀ ਕੀ ਇਹਨੇ ਲੋਕਾਂ ਕੀ ਸਾਂਭੋ, ਸਾਡੇ ਲੋਕਾਂ ਕੀ ਗਰੀਬ ਗੁਰਬੇ ਕੀ ਸਾਂਭੋ। ਮਹਾਰਾਜ, ਕੋਈ ਸੁਣਨੇ ਵਾਲਾ ਨਹੀਂ ਹੈ ਜੰਮੂ ਕਸ਼ਮੀਰ 'ਚ। ਜੰਮੂ ਕਸ਼ਮੀਰ 'ਚ ਪਿਛਲੇ 10 ਵਰ੍ਹੇ ਦਾ ਸ਼ਖਸੀ ਰਾਜ ਚਲਾ ਗਿਆ। ਹਰ ਚੀਜ਼ ਸਾਡੀ ਬੇਚੁੜੀ, ਸਾਡੇ ਨੌਜਵਾਨ ਪੜ੍ਹੇ ਲਿਖੇ ਭੈਣ ਭਰਾ ਘਰ ਵਿਹਲੇ ਬੈਠੇ ਦੇ ਓਵਰੇਜ ਹੋਈ ਹੈ। ਕੋਈ ਨੌਕਰੀ ਦਾ ਕੋਈ ਸਾਧਨ ਨਹੀਂ ਹੈ ਪਿਛਲੇ 10 ਵਰ੍ਹੇ ਦਾ। ਤੁਸੀਂ ਦੱਸੋ ਕੋਈ ਨੌਕਰ ਹੋਇਆ ਕੋਈ ਦੇ ਘਰੇ ਦਾ? ਸਾਰੇ ਲੋਕ ਜੰਮੂ ਕਸ਼ਮੀਰ ਦੇ ਵਿਹਲੇ ਕਰੀ ਉੜੇ ਸਰਕਾਰ ਨੇ। ਇਹਨੇ ਪੁੱਛਿਆ ਜਾ ਭਾਈ ਜੰਮੂ ਕਸ਼ਮੀਰ 'ਚ ਸੋਰਸ ਆਫ ਇਨਕਮ ਹੋਰ ਕੀ ਹੈ ਸਿਵਾਏ ਗਵਰਨਮੈਂਟ ਜਾਬ ਦਾ? ਕੋਈ ਹੈ? ਇੱਕ ਪਾਸੇ ਪਾਕਿਸਤਾਨ ਲੱਗਦਾ, ਦੂਜੇ ਪਾਸੇ ਚਾਈਨਾ ਲੱਗਦਾ, ਹਿਮਾਚਲ ਹੈ, ਪੰਜਾਬ ਹੈ, ਸਾਰੇ ਗੇ ਲੋਕ ਕੋਈ ਸੋਰਸ ਆਫ ਇਨਕਮ ਨਹੀਂ ਹੈ ਕਿਸੇ ਕੋਲ। ਜਿਹੜੇ ਲੋਕ ਅੱਜ ਇਹਦੇ ਨਾਰੇ ਲਾ ਕਰਦੇ ਨੇ ਉਹਦੇ ਘਰ ਇੱਕ ਇੱਕ ਪੈਨਸ਼ਨ ਆਵਾ ਕਰਦੀ ਹੈ। ਸੋਚੋ ਸਾਥੀਓ, ਜਿਸ ਵੇਲੇ ਉਹ ਪੈਨਸ਼ਨ ਬੰਦ ਹੋਈ ਆਗ, ਉਹਨੇ ਬੱਚੇ ਕੀ ਖਾਣਾ? ਕਿਆ ਕਿਸੇ ਕੀ 35 ਕਿਲੋ ਰਾਸ਼ਨ ਦੁਆਰਦਾ, 5 ਕਿਲੋ ਦਾ ਦੁਆਰਦਾ, ਉਹ ਵੀ ਘੱਟ ਹੋਈ ਆ। ਸਾਡੀਆਂ ਮਾਤਾ ਭੈਣੇ ਦੀਆਂ ਪੈਨਸ਼ਨਾਂ ਬੰਦ ਹੋਈਆਂ ਅੱਧੇ ਕੋਲਾ ਜ਼ਿਆਦਾ। ਅਸੀਂ ਲੜਾਈ ਲੜਾ ਕਰਨੇ ਆ। ਔਰ ਮੈਂ ਤੁਸੀਂ ਦੱਸਾਂ ਆਜ਼ਾਦ ਸਾਹਿਬ, ਜਿਹੜੀ ਸਾਡਾ ਜਿਹੜੀ ਪਾਰਟੀ ਬੜੀ ਇਸਲੈ ਆਪਣੇ ਆਪ ਕੀ ਦੱਸਦੀ ਹੈ ਕਿ ਅਸੀਂ ਬੜਾ ਅੱਛਾ ਕੋਈ ਕੈਂਡੀਡੇਟ ਲਿਆਉਂਦਾ, ਬੜਾ ਇਹ ਕੀਤਾ, ਪਰ ਉੱਥੇ ਅਨੁਸ਼ਾਸਨਹੀਨਤਾ। ਉਹ ਇੱਕ ਇੱਕ ਸੀਟ ਪਰ ਦੋ ਦੋ ਟਿਕਟਾਂ ਦੇਣ ਵਾਲੀ ਪਾਰਟੀ ਹੈ। ਜਿਹੜੀ ਸੀਟ ਜਿੱਤਦੀ ਉਹ ਰੋਂਦੀ ਹੈ। ਲਿਆ ਜਾ, ਲੋਕ ਬੜੇ ਅੱਛੇ ਤਰੀਕੇ ਕਰਨਾ ਜਾਣਦੇ ਨੇ ਉਸ ਪਾਰਟੀ 'ਚ ਕੀ ਹੈ ਕੱਖ ਨਹੀਂ ਹੈ। ਇਸ ਕਰੀਏ ਸਾਥੀਓ, ਆਜ਼ਾਦ ਸਾਹਿਬ ਦਾ ਹੱਥ ਮਜ਼ਬੂਤ ਕਰੋ, ਸਰੂਰੀ ਸਾਹਿਬ ਵੀ ਜਿਤਾਓ। ਸਾਡਾ ਨਿਸ਼ਾਨ, ਚੋਣ ਨਿਸ਼ਾਨ ਬਾਲਟੀ ਹੈ, ਬਾਲਟੀ ਜਿਹੜੀ ਹਰ ਘਰ ਬੱਚਾ ਜਾਣਦਾ ਬਾਲਟੀ ਕੀ ਹੈ। ਤੇ ਇਹ ਨਿਸ਼ਾਨ ਜਿਹੜਾ ਤੁਸੀਂ ਜਿਸ ਵੇਲੇ ਵੋਟਿੰਗ ਮਸ਼ੀਨ ਪਰ ਲੱਭਗ, ਤੁਸੀਂ ਉਹਦਾ ਵੋਟ ਨੱਪਣਾ। ਸਾਥੀਓ, ਇਹ ਜਿਹੜਾ ਇਸਲੇ ਰਾਜ ਚਲਾ ਕਰਦਾ, ਜਿਹਨੇ ਸਾਡਾ ਰੇਤਾ ਬਜਰੀ ਪੱਥਰ ਵੇਚੀ ਉੜਿਆ ਬਾਹਰ ਦੇ ਲੋਕਾਂ ਦੀ, ਆਊਟਸਾਈਡਰਾਂ ਦੀ, ਇੱਥੇ ਆਈ ਆ ਬਦਮਾਸ਼ੀਆਂ ਕਰਾ ਕਰਦੇ ਨੇ, ਜਿਹੜੀ ਰੁਪਈਏ ਦੀ ਚੀਜ਼ ਆ ਉਹ ਦੱਸੇ ਦੀ ਵੇਚਾ ਕਰਦੇ ਨੇ। ਇਹਨੇ ਕੀ ਬਾਹਰ ਕੱਢਣਾ? ਔਰ ਉਹ ਇੱਕੋ ਸ਼ਖਸ ਕੱਢੀ ਸਕਦਾ, ਜਨਾਬ ਗੁਲਾਮ ਨਬੀ ਆਜ਼ਾਦ ਸਾਹਿਬ। ਤੁਸੀਂ ਸਾਰੇ ਕੀ ਅੱਜ ਤਿਆਰ ਕਰਨੇ ਪਾਉਣਾ ਗੁਲਾਮ ਨਬੀ ਆਜ਼ਾਦ ਸਾਹਿਬ ਦਾ ਕੈਂਡੀਡੇਟ, ਸਾਡਾ ਕੈਂਡੀਡੇਟ ਜੀ ਐਮ ਜ਼ਰੂਰੀ ਕੀ ਕਾਮਯਾਬ ਕਰਨਾ। ਔਰ ਬਾਲਟੀ ਕੀ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪਣੇ ਪੋਲਿੰਗ ਸਟੇਸ਼ਨ ਪਰ ਬਹੀਏ, ਜ਼ਿਆਦਾ ਤੋਂ ਜ਼ਿਆਦਾ ਵੋਟ ਪਾਉਣੇ ਨੇ, ਤਾਂ ਕਿ ਇਹ ਲੋਕ ਜਿਹੜੇ 10-10 ਵਰ੍ਹੇ ਰਾਜ ਕਰੀਏ, ਲੋਕਾਂ ਦਾ ਕੱਖ ਨਹੀਂ ਕੀਤਾ, ਗਰੀਬ ਗੁਰਬੇ ਦਾ ਕੱਖ ਨਹੀਂ ਕੀਤਾ। ਔਰ ਤੁਸੀਂ ਪਤਾ ਹੀ ਹੈ ਡਿਵੈਲਪਮੈਂਟ ਦੇ ਨਾਂ ਦੇ ਜਿਹੜੇ ਬੜੇ ਬੜੇ ਢੋਲ ਵਜਾ ਕਰਦੇ ਨੇ, ਸਾਰੇ ਲੋਕ ਬਿਹਤਰ ਜਾਣਦੇ ਨੇ ਤਰਨਾ ਪੁਲ ਕਦੋਂ ਦਾ ਟੁੱਟੇਗਾ, ਕਦੋਂ ਦਾ ਲੋਕ ਬੇਹਾਲ ਦੀ ਜ਼ਿੰਦਗੀ ਜੀਆ ਕਰਦੇ ਨੇ। ਅੱਜ ਤੱਕ ਕੋਈ ਨਾਂ ਨਹੀਂ ਹੈ ਨੈਸ਼ਨਲ ਹਾਈਵੇ ਦੇ ਨਾਂ ਪਰ, ਐਕਸਪ੍ਰੈਸ ਹਾਈਵੇ ਦੇ ਨਾਂ ਪਰ ਖੱਡਾ 'ਚ ਜਾਣੇ ਪਾਉਂਦਾ। ਔਰ ਬੜੇ ਸਾਰੇ ਐਕਸੀਡੈਂਟ ਹੋਈਏ, ਦਰਜਨੋਂ ਸਾਡੇ ਸਾਥੀ ਬੇਮੌਤ ਮਾਰੀ ਦਿੱਤੇ ਇਹਨਾਂ ਲੋਕਾਂ, ਐਕਸੀਡੈਂਟ ਕਰਵਾਈ ਹੈ। ਸਾਂਝੀ ਮੋੜੇ 'ਚ ਜਾਓ, ਚਗੜੇ 'ਚ ਜਾਓ, ਉੱਪਰਾ ਜਾਓ, ਡਿੰਗੀ ਅੰਬ 'ਚ ਜਾਓ, ਬਲੌਰ 'ਚ ਜਾਓ, ਕੁਦਾ ਜਾਣਾ ਦਾ ਆਖਣੇ ਦਾ ਮਤਲਬ ਇਹ ਹੈ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਤਰਨਾ ਪੁਲ
ਐਨੀ ਬਣਿਆ, ਜਥਾਣਾ ਪੁਲ ਐਨੀ ਬਣਿਆ, ਗਲਮਣ ਦਸਾਣੂ ਰੋਡ ਇਹਦੇ ਵਾਲਾ ਐਨੀ ਬਣਿਆ, ਅਟਲੀ ਰੋਡ ਇਹਦੇ ਵਾਲਾ ਐਨੀ ਬਣਿਆ। ਲੋਕ ਵਿਚਾਰੇ ਰੋਟੀ ਰੋਟੀ ਦੀ ਜਗ੍ਹਾ ਮਿੱਟੀ ਖਾ ਕਰਦੇ ਨੇ। ਅਤੇ ਜਿਹੜਾ ਬੜਾ ਜ਼ਿਆਦਾ ਇਹ ਨਾਰਾ ਦਿੰਦੇ ਨੇ ਕਿ ਅਸੀਂ ਇੰਟਰਨੈਸ਼ਨਲ ਸਟੈਂਡਰਡ ਦਾ ਸਪੋਰਟਸ ਸਟੇਡੀਅਮ ਹੀਰਾਨਗਰ ਦਿੱਤਾ ਸਾਡੇ ਅਰੁਣ ਜੇਟਲੀ ਜੀ ਦੇ ਉਹਦੇ ਪਰ ਨਾਂ ਪਰ ਮੈਮੋਰੀਅਲ ਪਰ ਉਹਦੀ ਫਾਈਲ DC ਆਫਿਸ ਮਿੱਟੀ ਖਾ ਕਰਦੀ ਹੈ। ਕੋਈ ਲੈਂਡ ਐਕਵੀਜੀਸ਼ਨ ਨਹੀਂ ਹੋਈ, ਇਹ ਇੰਟਰਨੈਸ਼ਨਲ ਮੈਚ ਕਰਾਉਣੇ ਜਾ ਰਹੇ ਹੀਰਾਨਗਰ, ਸਭ ਡਗੋਸਲਾ। ਮੈਂ ਤੁਸੀਂ ਪੁੱਛਣਾ ਚਾਹੁੰਦਾ, ਸਨ 2014 'ਚ ਨੈਸ਼ਨਲ ਹਾਈਵੇ ਵਿਲੇਜ ਦਾ ਉਦਘਾਟਨ ਹੋਇਆ, ਮਾਨਣੀ ਸਾਂਸਦ ਜੀ ਨੇ, ਮਾਨਣੀ ਯੂਨੀਅਨ ਮਿਨਿਸਟਰ ਜੀ ਨੇ ਉਹਦਾ ਉਦਘਾਟਨ ਕੀਤਾ। ਉਹ ਕੁਤੇ ਤੁਹਾਨੂੰ ਹਾਈਵੇ ਵਿਲੇਜ ਲੱਭਾ ਕਿਸੇ ਹਾਈਵੇ ਵਿਲੇਜ ਜਿਹੜਾ ਕਾਲੀ ਬੜੀ ਕੋਲ ਹੈ, ਉੱਥੇ ਸਰਾੜ ਜੰਮੇ ਦਾ। ਉਹਦੇ ਕੰਨੇ ਮੈਂ ਪੁੱਛਣਾ ਚਾਹੁੰਦਾ, ਜਿਹੜਾ ਸੰਗਵਾਲੀ ਪ੍ਰਧਾਨ ਸਾਹਿਬ ਨੇ ਗੋਚ ਲਿਆ ਹੈ ਪਿੰਡ ਸੰਗਵਾਲੀ ਘਗਵਾਲੇ ਦੇ ਉੱਪਰ, ਉਹ ਆਇਆ ਗੋਦੀ ਜੀ ਹੈ ਖੇਡਾਂ ਦਾ, ਉਹ ਵੱਡਾ ਨਹੀਂ ਹੋਇਆ, ਉਹਦਾ ਕੱਖ ਨਹੀਂ ਬਣਿਆ। ਸਭ ਡਕੋਸਲੇ ਨੇ, ਸਾਰਾ ਤੁਹਾਡਾ ਮਿਸਯੂਜ ਹੋਇਆ ਦਾ, ਕੋਈ ਧਰਮ ਦੀ ਰਾਜਨੀਤੀ ਕਰਾ ਦਾ, ਕੋਈ ਰੀਜਨ ਦੀ ਕਰਾ ਦਾ, ਕੋਈ ਲੋਕਾਂ ਦਾ ਕੁਛ ਹੀ ਕੋਈ ਫਿਕਰ ਨਹੀਂ ਹੈ। ਲਿਆ ਜਾ ਤੁਸੀਂ ਤੁਹਾਡੇ ਸਾਰੇ ਪਰੇ ਡਿਊਟੀ ਆਏ ਤੋਂ ਹੁੰਦੀ ਹੈ ਕਿ ਤੁਸੀਂ ਆਪਣੇ ਆਪਣੇ ਪੁਲਿਸ ਸਟੇਸ਼ਨ ਪਰ ਕਾਬਿਜ਼ ਹੋਈ ਜਾਣਾ, ਔਰ ਬਾਲਟੀ ਕੀ ਜਾਗਲਾ ਜ਼ਿਆਦਾ ਵੋਟ ਪਾਉਣੇ, ਸਾਡੇ GM ਸਰੂਰੀ ਸਾਹਿਬ ਕੀ ਜਾਗਲਾ ਜ਼ਿਆਦਾ ਵੋਟ ਪਾਉਣੇ, ਆਜ਼ਾਦ ਸਾਹਿਬ ਕੀ ਜਾਗਲਾ ਜ਼ਿਆਦਾ ਵੋਟ ਪਾਉਣੇ, ਸਾਡੀ ਸਾਰਿਆਂ ਦੀ ਡਿਊਟੀ ਹੈ। ਹੁਣ ਮੈਂ ਨਾਰਾ ਲਗਾ, ਦੋਆ ਬਾਵਾਂ ਖੜੀਆਂ।